तो नाज़रीन, पहले मैंने आपको एक साहब से मुलाकात कराई, मैंने मज़ीद ढूंढा तो मुझे दो और भी परेशान हाल बंदे मिल गए यहाँ पे। भाई मैं I'm not worried about anything. Not worried about. I can speak English also. You can also speak English. Oh, but can you speak Punjabi please? नमाज मत पढ़ के नाश्ता नुश्ता कर के आले दुआले अपना काम शाम किया। अच्छा, जिथे जिथे है इंस्टीट्यूट गए जाके अपनी सुपरवाइजर नु मिले या अपने कलीगा नु मिले, सारा काम मुका मुकू के शाम नु आके खाना शाना खादा फिर मुलाकात हुई सी उदो अंग्रेज बनया सी हुण पंजाबी बन गया। सिर्फ मैं नहीं जिहड़ा अनाज खत्म कर रहा वा, कुछ होर अनासर भी ने शर पसंद इस्तेमाल कर सकते हैं जिवें कल रात दा कीमा मैनूं याद है हले तक। ਮੈਨੂੰ ਯਕੀਨ ਕਰੋ ਮੈਂ ਇੱਕ ਨਵਾਲਾ ਲੈਂਦਾ ਸੀ ਤੇ ਉਧਰੋਂ ਮੈਂ ਵੇਖਦਾ ਸੀ ਕਿ ਸਾਲਨ ਖਤਮ ਹੁੰਦਾ ਸੀ ਕਿ ਮੇਰੇ ਨਾਲ ਕੋਈ ਜਿੰਨ ਨਵਾਂ ਸ਼ਖਸ ਵੀ ਬੈਠਾ ਹੈ ਤੇ ਉਹਦੀ ਤੁਸੀਂ ਗੱਲ ਸੁਣ ਚੁੱਕੇ ਹੋ ਕਿ ਅਸੀਂ ਖਾਣ ਪੀਣ ਤੇ ਖਾਣ ਪੀਣ ਵਾਸਤੇ ਇਸ ਦੁਨੀਆਂ ਚ ਆਏ ਹਾਂ, ਸਾਡੇ ਹੋਰ ਕੋਈ ਮਕਸਦ ਨਹੀਂ। ਜੇ ਤੂੰ ਬਿਮਾਰ ਆ ਜਿਵੇਂ ਤੁਸੀਂ ਵੇਖੋ ਉਹਨਾਂ ਦਾ ਥੀਸਿਸ ਮੁੱਕ ਗਿਆ ਹੈ, ਉਹਨਾਂ ਨੇ ਨਾ ਕੋਈ ਜੌਬ ਦੀ ਫਿਕਰ ਹੈ ਨਾ ਉਹਨਾਂ ਨੂੰ ਕੋਈ ਇੰਟਰਨਸ਼ਿਪ ਦੀ ਫਿਕਰ ਹੈ, ਉਹਨਾਂ ਨੂੰ ਫਿਕਰ ਹੈ ਸਿਰਫ ਇੱਕ ਰੋਟੀ ਦੀ ਤੇ ਦੂਸਰੀ ਰਾਜਤਨ ਬਾਗ ਦੀ। ਰਾਜਤਨ ਬਾਗ ਦੀ ਬਿਸਤੀ ਕਿੰਝ ਕਰਨੀ ਹੈ ਤੇ ਰੋਟੀ 'ਚ ਕੀ ਖਾਣਾ, ਦੂਜਾ ਉਹਨਾਂ ਨੂੰ ਦੁਨੀਆਂ ਦਾ ਕੋਈ ਕੰਮ ਨਹੀਂ ਹੈ। ਉਹ ਵੇਖੋ ਜੀ ਇਹਦੇ ਨਾਲ ਜ਼ਿਆਦੀ ਹੋਈ ਹੁੰਦੀ, ਇਹਦੇ ਸੁਪਰਵਾਈਜ਼ਰ ਨੇ ਇੰਝ ਕੀਤਾ ਹੁੰਦਾ ਤੇ ਇਹਨੂੰ ਪਤਾ ਹੁੰਦਾ ਇਹਨਾਂ ਨੂੰ ਹੋਈ ਫਿਕਰ ਨਾ ਕਰੋ। ਪੂਰੇ 5 ਮਹੀਨੇ ਤੁਸੀਂ ਨਾਮ ਕੰਮ ਕੀਤਾ ਤੇ ਹੁਣ ਤੁਹਾਨੂੰ ਗ੍ਰੇਡਿੰਗ ਉਹਨੇ ਘੱਟ ਦਿੱਤੀ ਹੈ। 75% ਯਾਰ ਕੋ ਗ੍ਰੇਡਿੰਗ ਹੈ, ਮੈਂ ਇੰਨਾ ਕੰਮ ਕੀਤਾ ਮੈਨੂੰ 95% ਤੇ ਦੇਣ ਚਾਹੀ ਸੀ, ਕਮ ਸੇ ਕਮ ਚਲੋ 90% ਦੇ ਦਿੰਦਾ। ਚਲੋ ਜੀ ਅਸੀਂ ਵੇਖ ਲਾਂਗੇ, ਅਸੀਂ ਫੱਟੇ ਚੱਲ ਚਲੋ ਚਲੋ ਜੀ ਬਸ ਬਸ ਓਕੇ ਨਾ ਬਸ ਜੀ ਬਸ ਇੱਥੇ ਲੜਾਈ ਹੋਣ ਲੱਗੀ ਜੀ ਬਸ।